ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸੂਰਜ ਤੇ ਚੰਨ ਗ੍ਰਹਿਣ ਦਾ ਵਿਗਿਆਨਿਕ ਪੱਖ ਤੋਂ ਬਹੁਤ ਮਹੱਤਵ ਹੈ। ਸਾਲ 2019 ਦਾ ਸਭ ਤੋਂ ਵੱਡਾ ਤੇ ਅੰਤਿਮ ਸੂਰਜ ਗ੍ਰਹਿਣ ਦਾ ਅਸਰ ਅੱਜ 26 ਦਸੰਬਰ ਨੂੰ ਦਿਖਾਈ ਦੇ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਤੋਂ ਸਾਲ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਹੈ। PM ਮੋਦੀ ਨੇ ਸਨਗਲਾਸ ਲਗਾ ਕੇ ਸੂਰਜ ਨੂੰ ਦੇਖਿਆ ਹੈ। ਇਹ ਸੂਰਜ ਗ੍ਰਹਿਣ ਜਿੰਨਾ ਸੁੰਦਰ ਹੋਵੇਗਾ ਉਨਾ ਹੀ ਖਤਰਨਾਕ ਹੋਵੇਗਾ। ਇਸ ਲਈ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਇਹ ਗ੍ਰਹਿਣ ਸਵੇਰੇ 8:04 'ਤੇ ਸ਼ੁਰੂ ਹੋਇਆ ਅਤੇ 11:05 'ਤੇ ਖਤਮ ਹੋਇਆ ਸੀ। ਅੱਜ ਦੇ ਸੂਰਜ ਗ੍ਰਹਿਣ ਦੀ ਮਿਆਦ 3:12 ਦੀ ਰਹੀ ਹੈ। ਸੰਨ 1962 ਤੋਂ ਬਾਅਦ ਅੱਜ ਇੰਨਾ ਵੱਡਾ ਸੂਰਜ ਗ੍ਰਹਿਣ ਲੱਗਿਆ ਹੈ। ਅਗਲਾ ਸੂਰਜ ਗ੍ਰਹਿਣ ਭਾਰਤ ਵਿੱਚ 21 ਜੂਨ 2020 ਨੂੰ ਦਿਖਾਈ ਦੇਵੇਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼।